ਜੀ ਕੀ ਫਤਿਹ। ਵਾਹਿਗੁਰੂ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਅਨੰਦਪੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਪਿੱਠੇ ਸਭ ਬਿਜਾਇ ਤੇਗ ਬਹਾਦਰ ਸਿਮਰਿਆ। ਕਾਰਨ ਨਿਧਿ ਆਵੈ ਧਾਇ ਸਭ ਥਾਈ ਮਨਾ ਜੀ ਸਹਾਇ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਰੇ। ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਖਲਤਾ ਜੀ ਬੋਲੋ ਜੀ। ਸਤਿਗੁਰ ਦੇ ਸਾਜੀ ਨਿਵਾਜੇ ਪੰਜ ਪਿਆਰੇ ਚਾਰ ਸਾਹਿਬ ਚੌਰੇ ਜਮਾਨਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਂ ਨੇ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਅਰਦਾਸ ਬੇਨਤੀ ਪ੍ਰਾਰਥਨਾ ਜੋਧਰੀ ਸਤਿਗੁਰੂ ਜੀ ਆਪ ਜੀ ਦਾ ਪ੍ਰਮਾਣ ਹੈ ਜਿਹਾ ਜੀਰੀ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀਆ ਦੇ ਮਹਾਂਵਾਕਾਂ ਅਨੁਸਾਰ ਮਰਨ ਲਿਖਾਏ ਮੰਡਲ ਮੈਂ ਆਏ ਆਪ ਜੀ ਦੇ ਦਰ ਘਰ ਦੇ ਸੇਵਕ ਸਤਿਕਾਰਯੋਗ ਸਰਦਾਰ ਪੰਥ ਪ੍ਰਕਾਸ਼ ਸਿੰਘ ਜੀ ਸੱਚੇ ਪਾਤਸ਼ਾਹ ਜਿਤਨੇ ਕੋ ਸਵਾਸ ਬਖਸ਼ਿਸ਼ ਕੀਤੇ ਸਨ ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਹੁਕਮ ਆਇਆ ਹੁਕਮ ਸਿਰ ਮੱਥੇ ਤੇ ਮੰਨਦੇ ਅਕਾਲ ਚਲਾਣਾ ਕਰਕੇ ਸਤਿਗੁਰੂ ਜੀਓ ਉਹਨਾਂ ਦੀ ਆਤਮਕ ਸ਼ਾਂਤੀ ਦੇ ਲਈ ਸਾਰੇ ਪਰਿਵਾਰ ਨੇ ਇਕੱਤਰ ਹੋ ਕੇ ਸੱਚੇ ਪਾਤਸ਼ਾਹ ਜੀ ਆਪਣੇ ਗ੍ਰਹਿ ਕੇ ਆਪ ਜੀ ਦੇ ਚਰਨ ਪਰਸਦਿਆਂ ਹੋਇਆ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਲਾਈ ਜਪਾ ਜਾਪ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ ਆਪ ਜੀ ਦੀ ਮਹਾਨ ਕਿਰਪਾ ਮਹਿਰਮਤ ਹੋਈ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਸੇਵਕ ਬਚੇ ਜਾਣ ਕੀਮਾ ਕਰਨਾ ਅੱਗੋਂ ਤੋਂ ਸ਼ੁੱਧ ਗੁਰਬਾਣੀ ਪੜ੍ਹਨ ਦੀ ਗੁਰਬਾਣੀ ਦਾ ਆਦਰ ਸਤਿਕਾਰ ਕਰਨ ਦੀ ਸਮਰਥ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਆਪਣੇ ਦਰ ਤੇ ਪ੍ਰਵਾਨ ਕਰਨੀ ਗੁਰਬਾਣੀ ਦਾ ਭਾਵ ਗੁਰਮੁਖ ਪਰਿਵਾਰ ਆਈਆਂ ਹੋਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀ ਜੈ ਹਰ ਪਾਂਜਾ ਤਿਨ ਸੁਨੀ ਦੇ ਫਿਰੈ ਬਿਨ ਨਾਮੈ ਕੋਈ ਖਪ ਖਪ ਮੂਏ ਕਰਾਂਜਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਵਾਹਿਗੁਰੂ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਫਤਿਹ ਪ੍ਰਵਾਨ ਹਰ ਜੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਰਿਸ਼ਤੇਦਾਰ ਬਰਾਦਰੀ ਭਾਈਚਾਰਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਬਸ੍ਰੀ ਸਰ ਪੰਥ ਪ੍ਰਕਾਸ਼ ਸਿੰਘ ਜੀ ਇਹਨਾਂ ਦੇ ਕੀਰਤਨ ਅਤੇ ਅੰਤਮ ਅਰਦਾਸ ਵਿੱਚ ਸਾਰੇ ਜਣ ਉੱਠੇ ਜੁੜ ਬੈਠੇ ਹਨ। ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜਿੱਥੇ ਵਿਰਾਗਮਈ ਕੀਰਤਨ ਆਪ ਸੰਤਾਂ ਨੇ ਰਲ ਮਿਲ ਕੇ ਕੀਤਾ ਸਰਵਣ ਕੀਤਾ ਹੈ, ਉਪਰੰਤ ਸਤਿਗੁਰਾਂ ਦੇ ਚਰਨਾਂ ਵਿੱਚ ਪਾਵਨ ਪ੍ਰਕਾਸ਼ ਬੇਨਤੀ ਜੋਗਰੀ ਕੀਤੀ ਹੈ। ਕਿਉਂਕਿ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਜੀ ਪਾਸੋਂ ਜਾਣੇ ਅਣਜਾਣੇ ਵਿਅਰਥ ਗੱਲਾਂ ਹੁੰਦੀਆਂ ਨੇ। ਜਦੋਂ ਜੜ ਬਣ ਕੇ ਸੰਗਤ ਰੂਪ ਉੱਤੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਗੁਰੂ ਬਖਸ਼ਿਸ਼ ਕਰੇ ਜਿੱਥੇ ਉਸ ਪਿੱਛੇ ਹੋਈ ਆਤਮਾ ਨੂੰ ਸਤਿਗੁਰੂ ਸਦੀਵ ਕਾਲ ਦੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਿੱਛੇ ਜੋ ਪਰਿਵਾਰ ਦੇ ਨਾਲ ਇਹ ਪਾਣਾ ਵਾਪਰਿਆ ਹੈ ਉਸਨੂੰ ਸਹਿਲਾ ਪਾਣਾ ਮੰਨ ਕੇ ਗੁਰੂ ਬਖਸ਼ਿਸ਼ ਕਰਨ ਮਾਣਾ ਸਾਰੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਪਹੁੰਚੇ ਨੇ, ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਪਾਲਣਾ ਸਥਾਨ ਦੀ ਮਰਿਆਦਾ ਹੈ ਕਿ ਜੋ ਪ੍ਰਾਣੀ ਚਲੇ ਜਾਂਦਾ ਹੈ ਉਸ ਘਰ ਦੇ ਬੇਟੇ ਨੂੰ ਗੁਰੂ ਘਰ ਵੱਲੋਂ ਸਿਖਾਓ ਅਸੀਸ ਬਖਸ਼ਿਸ਼ ਕੀਤੀ ਜਾਂਦੀ ਹੈ। ਮੈਂ ਬੇਨਤੀ ਕਰਾਂਗਾ ਸਰਦਾਰ ਰਵਿੰਦਰ ਸਿੰਘ ਜੀ ਉਹਨਾਂ ਨੂੰ ਗੁਰੂ ਮਹਾਰਾਜ ਜੀ ਵਿੱਚ ਮੱਥਾ ਟੇਕ ਕੇ ਜੋ ਦਸਤਾਰ ਹੈ ਉਹ ਬੇਨਤੀ ਕਰਾਂਗਾ ਸਰਦਾਰ ਸੰਤੋਖ ਸਿੰਘ ਜੀ ਖਾਣਾ ਇਸ ਪਾਲਣਾ ਸਥਾਨ ਦੇ ਵੀ ਪ੍ਰਧਾਨ ਉਹਨਾਂ ਨੂੰ ਬੇਨਤੀ ਹੈ ਕਿ ਸਿਖਾਓ ਦੀ ਸੇਵਾ ਨਿਭਾਉਣਗੇ ਜੀ। ਪਰ ਸੁੰਦਰ ਗ੍ਰੇ
Thank you.
ਨਾਨਕ
श्री राम नमः शिव भगवान् श्री राम।
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਪਵਿੱਤ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਗੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ, ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪਾਤਾ ਰੱਖਾ ਆਪ ਅਕਾਲ ਪੁਰਖੇ ਅਕਾਲ ਪੁਰਖ ਸਾਹਿਬ ਜੀ, ਆਪ ਆਪਣੇ ਪੰਥ ਤੇ ਸਦਾ ਸਹਾਇਤ ਤਾਰ ਜੀਓ, ਸੰਭਾਲਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਂ ਨੇ ਓਟਿਆਂ ਦੇ ਓਟ ਸੱਚੇ ਪਿਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਅਰਦਾਸ, ਬੇਨਤੀ, ਪ੍ਰਾਰਥਨਾ, ਜੋ ਵੀ ਸਤਿਗੁਰੂ ਜੀ ਆਪ ਜੀ ਦਾ ਪ੍ਰਮਾਣ ਹੈ, ਜਿਹਾ ਜੀਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ, ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀਆ ਦੇ ਮਹਾਂਵਾਕਾਂ ਅਨੁਸਾਰ ਮਰਨ ਲਿਖਾਏ, ਮੰਡਲ ਮੈਂ ਆਏ, ਆਪ ਜੀ ਦੇ ਦਰ ਘਰ ਦੇ ਸੇਵਕ ਸਤਿਕਾਰਯੋਗ ਸਰਦਾਰ ਪੰਥ ਪ੍ਰਕਾਸ਼ ਸਿੰਘ ਜੀ ਸੱਚੇ ਪਾਤਸ਼ਾਹ, ਜਿਤਨੇ ਕੋ ਸਵਾਸ ਬਖਸ਼ਿਸ਼ ਕੀਤੇ ਸਨ, ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਹੁਕਮ ਆਇਆ, ਹੁਕਮ ਸਿਰ ਮੱਥੇ ਤੇ ਮੰਨਦੇ ਅਕਾਲ ਚਲਾਣਾ ਕਰਕੇ ਸਤਿਗੁਰੂ ਜੀਓ, ਉਹਨਾਂ ਦੀ ਆਤਮਕ ਸ਼ਾਂਤੀ ਦੇ ਲਈ ਸਾਰੇ ਪਰਿਵਾਰ ਨੇ ਇਕੱਤਰ ਹੋ ਕੇ ਸੱਚੇ ਪਾਤਸ਼ਾਹ ਜੀ ਆਪਣੇ ਗ੍ਰਹਿ ਕੇ ਆਪ ਜੀ ਦੇ ਚਰਨ ਪਰਸਦਿਆਂ ਹੋਇਆ, ਧੁਰ ਕੀ ਬਾਣੀ ਆਈ ਤਨ ਸਗਲੀ, ਚਿੰਤ ਮਿਲਾਈ ਜਪਾ ਜਾਪ, ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ, ਆਪ ਜੀ ਦੀ ਮਹਾਨ ਕਿਰਪਾ ਮਹਿਰਮਤ ਹੋਈ, ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਭੋਗ ਪਾਏ ਗਏ ਉਪਰੰਤ ਆਪ ਜੀ ਦੇ ਪਵਿੱਤਰ ਅਸਥਾਨ ਤੇ ਰਲਗਨ ਸੰਗਤਾਂ ਨੇ ਦੁਪਹਿਰ ਵੇਲੇ ਦੇ ਦੀਵਾਨ ਸਜਾਏ, ਸਜੇ ਹੋਏ ਜੀਓ, ਆਪ ਜੀ ਦੀ ਪਵਿੱਤਰ ਗੁਰਬਾਣੀ ਦੇ ਜਾਪ ਕਰਦਿਆਂ, ਗੁਰਬਾਣੀ ਦਾ ਅਦਬ ਸਤਿਕਾਰ ਕਰਦਿਆਂ, ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ, ਸੇਵਕ ਬੱਚੇ ਜਾਣ ਕਿਵਾਂ ਕਰਨਾ, ਅੱਗੋ ਤੋਂ ਸ਼ੁੱਧ ਗੁਰਬਾਣੀ ਪੜ੍ਹਨ ਦੀ, ਗੁਰਬਾਣੀ ਦਾ ਅਦਬ ਸਤਿਕਾਰ ਕਰਨ ਦੀ ਸਮਰੱਥ ਬਖਸ਼ਣੀ, ਗੁਰਬਾਣੀ ਪੜ੍ਹੀ ਸੁਣੀ ਆਪਣੇ ਦਰ ਤੇ ਪ੍ਰਵਾਨ ਕਰਨੀ, ਗੁਰਬਾਣੀ ਦਾ ਭਾਵ ਗੁਰਮੁਖ ਪਰਿਵਾਰ ਆਈਆਂ ਹੋਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਕਦਮ ਕਦਮ ਲਿਖੇ ਚਲਾਉਣਾ, ਤਿਲ ਫੁੱਲ ਭਿੰਡਾ ਪ੍ਰਵਾਨ ਕਰਨੀ, ਧਰਮ ਕਰੋ ਨਾਮ ਦਾਨ, ਗੁਰਸਿੱਖੀ ਦਾਨ, ਭਰੋਸਾ ਦਾਨ, ਬਖਸ਼ਿਸ਼ ਕਰਨਾ, ਸਤਿਗੁਰੂ ਜੀ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਸੁੰਦਰ ਰੁਮਾਲੇ ਭੇਟਾ ਕੀਤੇ ਗਏ ਹਨ, ਆਪ ਅੰਗੀਕਾਰ ਕਰਨੇ, ਇਹ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸੇਵਕਾਂ ਦੇ ਇੱਜ਼ਤ ਪਦ ਪੜਦੇ ਗਜਨੇ, ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ, ਸਤਿਗੁਰੂ ਜੀਓ ਸੇਵਕ ਪਰਿਵਾਰ ਆਈਆਂ ਹੋਈਆਂ ਸੰਗਤਾਂ ਦੀ ਅਰਦਾਸ ਬੇਨਤੀ ਹੈ, ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਆਸੀਸੜੀਆਂ, ਜਿਉਂ ਹੋਵੇ ਸਹਿਬ ਸਿਉਂ ਮੇਲ, ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਤਿਕਾਰਯੋਗ ਪੰਥ ਸਰਦਾਰ ਪ੍ਰਕਾਸ਼ ਸਿੰਘ ਜੀ ਸੱਚੇ ਪਾਤਸ਼ਾਹ ਜੀ, ਉਹਨਾਂ ਨੂੰ ਆਪਣੇ ਜੀਵਨ ਕਾਲ ਵਿੱਚ ਇਸ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਜਾਣੇ ਅਣਜਾਣੇ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ, ਉਹਨਾਂ ਭੁੱਲਾਂ ਗਲਤੀਆਂ ਨੂੰ ਨਾ ਚਿਤਾਰਦਿਆਂ ਹੋਇਆਂ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ, ਸੱਚੇ ਪਾਤਸ਼ਾਹ ਜੀ ਵਿਛੜੀ ਹੋਈ ਰੂਹ ਆਤਮਾ ਨੂੰ 84 ਦੇ ਗੇੜ ਤੋਂ ਬਚਾ ਕੇ ਆਵਾਗਮ ਤੋਂ ਰਹਿਤ ਕਰਦਿਆਂ ਹੋਇਆਂ ਸਦੀਵ ਕਾਲ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ,
ਪਿੱਛੇ ਪਰਿਵਾਰ ਨੂੰ ਸਾਥ ਸੰਬੰਧੀਆਂ ਨੂੰ ਬੱਚੇ ਬੱਚੀਆਂ ਨੂੰ ਭਾਣਾ ਮੰਨਣ ਦੀ ਸਮਰੱਥਾ ਬਖਸ਼ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਰਹਿਮਤ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਘਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਵਰਤਾਉਣੀ, ਪਰਿਵਾਰ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਇਤਫਾਕ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕਰਨਾ, ਪਿਆਰੇ ਪਿਆਰੇ ਬੱਚਿਆਂ ਦੇ ਸੀਸ ਤੇ ਮਿਹਰ ਭਰਿਆ ਰਹਿਮਤ ਭਰਿਆ ਹੱਥ ਰੱਖਣਾ, ਵੱਡੇ ਵੱਡੇ ਆਜੂ ਮਾਤਾ ਪਿਤਾ ਦੇ ਆਗਿਆਕਾਰੀ ਸੁਪੁੱਤਰੀ ਸੁਪੁੱਤਰ ਬਣਾਉਣੇ, ਦੇਸ਼ ਕੌਮ ਦੀ ਸੇਵਾ ਗੁਰਸਿੱਖੀ ਜੀਵਨ ਦੀਆਂ ਦਾਤਾਂ ਵਿਦਿਆ ਦੀਆਂ ਦਾਤਾਂ ਬਖਸ਼ ਕਰਕੇ ਬੱਚਿਆਂ ਨੂੰ ਕਿਰਦਾਰ ਕਰਨਾ, ਸਤਿਗੁਰੂ ਜੀਓ ਆਪ ਜੀ ਦੇ ਸੇਵਕਾਂ ਵੱਲੋਂ ਆਪਣੇ ਬਜ਼ੁਰਗਾਂ ਦੇ ਨਿਮਿਤ ਸੱਜੇ ਪਾਤਸ਼ਾਹ ਜੀ ਬੇਅੰਤ ਭੇਟਾਵਾਂ ਹਾਜ਼ਰ ਹਨ, ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਬੇਅੰਤ ਬੇਅੰਤ ਮਾਇਆ ਦਾਸ ਭੇਟਾ ਹਾਜ਼ਰ ਹੋਈ ਹੈ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਦੇਸ਼ਾਂ ਪ੍ਰਦੇਸ਼ਾਂ ਵਿੱਚ ਸਹਾਇਤਾ ਕਾਰੋਬਾਰਾਂ ਚ ਵਾਧੇ, ਖੁੱਲੇ ਖਜ਼ਾਨੇ ਬਖਸ਼ ਕਰਨੇ, ਕਮਾਈਆਂ ਚ ਬਰਕਤਾਂ ਪਾਉਣੀਆਂ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕਰਨਾ, ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਪਾਵਨ ਪਵਿੱਤਰ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰੀ ਦਰ ਪ੍ਰਵਾਨ ਪ੍ਰਵਾਨਿਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀਵ ਸਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮਨਾਮੇ ਤੇ ਚੱਲਣ ਦੀ ਆਗਿਆ ਬਖਸ਼ਿਸ਼ ਕਰੋ, ਸਹੀ ਸੰਤ ਪਿਆਰੇ ਮਿਲੋ ਜਿਨ੍ਹਾਂ ਦੇ ਮਿਲਦਿਆਂ ਆਪ ਜੀ ਦਾ ਪਵਿੱਤਰ ਨਾਮ ਜਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਬੋਲੇ ਖਪ ਖਪ ਮੂਏ ਕਰਾਂਜਾ
ਜਿਨ ਹਰਿ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰਿ ਬਾਂਝਾ ਤਿਨ ਸੁਨੀ ਦੇਹ ਫਿਰੈ ਬਿਨ ਨਾਵੈ ਕੋਈ ਖਪ ਖਪ ਮੂਵੇ ਕਰਾਂਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲ ਜੁਗ ਪਦੇ ਉਤਮ ਹਰ ਪਾਈਐ ਸਤਿਗੁਰ ਮਾਜਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਾਹਿਬ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੇ ਜਗ ਜੀਵਨ ਹਰ ਗੁਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਜਿਨ ਕੋ ਕਿਰਪਾ ਕਰੇ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਰਿਸ਼ਤੇਦਾਰ ਬਰਾਦਰੀ ਭਾਈਚਾਰਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਬੱਤ ਸਰ ਪੰਥ ਪ੍ਰਕਾਸ਼ ਸਿੰਘ ਜੀ ਜਿਹਨਾਂ ਦੇ ਕੀਰਤਨ ਅਤੇ ਅੰਤਮ ਅਰਦਾਸ ਲਈ ਸਾਰੇ ਜਨ ਉੱਠੇ ਜੁੜ ਬੈਠੇ ਹਨ। ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜਿੱਥੇ ਵਿਰਾਗਮਈ ਕੀਰਤਨ ਆਪ ਸੰਤਾਂ ਨੇ ਰਲ ਮਿਲ ਕੇ ਕੀਤਾ ਸਰਵਨ ਕੀਤਾ ਹੈ, ਉਪਰੰਤ ਸਤਿਗੁਰਾਂ ਦੇ ਚਰਨਾਂ ਵਿੱਚ ਪਾਵਨ ਪ੍ਰਕਾਸ਼ ਬੇਨਤੀ ਜੋਗਰੀ ਕੀਤੀ ਹੈ। ਕਿਉਂਕਿ ਇਸ ਸੰਸਾਰ ਦੇ ਵਿੱਚ ਵਿਚਰਦੇ ਹੋਏ ਜੀਵ ਪਾਸੋਂ ਜਾਣੇ ਅਣਜਾਣੇ ਵਿਅਰਥ ਗੱਲਾਂ ਹੁੰਦੀਆਂ ਨੇ। ਜਦੋਂ ਜੜ ਬਣ ਕੇ ਸੰਗਤ ਰੂਪ ਉੱਤੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਗੁਰੂ ਬਖਸ਼ਿਸ਼ ਕਰੇ ਜਿੱਥੇ ਉਸ ਪਿੱਛੇ ਹੋਈ ਆਤਮਾ ਨੂੰ ਸਤਿਗੁਰੂ ਸਦੀਵ ਕਾਲ ਲਈ ਚਰਨਾਂ ਵਿੱਚ ਨਿਵਾਸ ਬਖਸ਼ਣ। ਪਿੱਛੇ ਜੋ ਪਰਿਵਾਰ ਦੇ ਨਾਲ ਇਹ ਪਾਣਾ ਵਾਪਰਿਆ ਹੈ ਉਸਨੂੰ ਸਹਿਲਾ ਪਾਣਾ ਮੰਨ ਕੇ ਗੁਰੂ ਬਖਸ਼ਿਸ਼ ਕਰਨ ਮਨਨ ਦਾ ਵਰਤਿਆ। ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਮੈਂ ਦੇਖ ਰਿਹਾ ਹਾਂ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਜੋ ਬੈਠੀਆਂ ਨੇ ਅਰਦਾਸ ਬੇਨਤੀ ਕੀਤੀ ਹੈ। ਤਾਰੀ ਜਥੇਬੰਦੀਆਂ ਦੇ ਸਿਵਾ ਵੀ ਬੈਠੇ ਨੇ ਪਰ ਹੋਰ
ਜੋ ਸਮਾਜਿਕ ਸੇਵਾਵਾਂ ਕਰਦੇ ਨੇ ਉਹ ਵੀ ਸਤਿਗੁਰਾਂ ਦੀ ਗੋਦ ਵਿੱਚ ਬੈਠੇ ਨੇ, ਕਿਉਂਕਿ ਇਸ ਭਾਈ ਨਰੈਣ ਸਿੰਘ ਸਿੰਘ ਜੀ ਵੱਲੋਂ ਸੰਤੋਖ ਸਿੰਘ ਜੀ ਖਾਣਾ ਉਹਨਾਂ ਵੱਲੋਂ ਸ਼ੋਕ ਮਤਾ ਪਹੁੰਚਿਆ ਹੈ। ਹੋਰ ਵੀ ਇੱਥੇ ਸਰਦਾਰ ਜਤਿੰਦਰਪਾਲ ਸਿੰਘ ਜੀ ਗਲੋਤਰਾ ਜੀ, ਕਿਉਂਕਿ ਉਹ ਵੀ ਪੰਚਾਇਤੀ ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਹੋਏ ਨੇ, ਹੋਰ ਬਹੁਤ ਸਾਰੇ ਵੀਰ ਬੈਠੇ ਨੇ, ਉਹ ਵੀ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਵਾਸਤੇ ਪਹੁੰਚੇ ਨੇ। ਸਰਦਾਰ ਚਰਨਜੀਤ ਸਿੰਘ ਜੀ ਖਾਲਸਾ ਖਾਲਸਾ ਪੰਚਾਇਤ ਵਾਲੇ ਉਹ ਵੀ ਪਹੁੰਚੇ ਨੇ, ਸ੍ਰੀ ਕੇਸ਼ ਪਰਾਸ਼ਰ ਜੀ, ਸ਼੍ਰੀ ਪਰਾਸ਼ਰ ਜੀ, ਸ੍ਰੀ ਸੰਜੇ ਪੁਰ ਜੀ, ਇੱਕ ਥੰਮਨ ਜੀ, ਸਰਦਾਰ ਗੁਰਪ੍ਰੀਤ ਸਿੰਘ ਖਾਣਾ ਉਹ ਵੀ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਪਹੁੰਚੇ ਨੇ। ਸ਼ੋਕ ਮਤਾ ਵਰਧਮਾਨ ਇੰਟਰਨੈਸ਼ਨਲ ਪਬਲਿਕ ਸਕੂਲ ਵੱਲੋਂ ਗਿਆ ਹੈ, ਸ੍ਰੀ ਰਕੇਸ਼ ਪਾਂਡੇ ਜੀ MLA ਉਹਨਾਂ ਵੱਲੋਂ ਵੀ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ, ਸ਼ੋਕ ਮਤਾ ਪਹੁੰਚਿਆ ਹੈ ਜੀ। ਤਾਂ ਮੈਂ ਸਾਰੀਆਂ ਆਈਆਂ ਦਾ ਇੱਥੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਹਾਂ, ਕਿਉਂਕਿ ਮੈਂ ਹੁਕਮ ਹੋਇਆ ਸੀ ਪਰ ਸਮਾਂ ਘੱਟ ਹੈ, ਕਿਉਂਕਿ ਵਰਕਿੰਗ ਡੇ ਹੈ, ਸਾਰੇ ਦੇ ਆਪਣੋ ਆਪਣੇ ਕਾਰੋਬਾਰਾਂ 'ਤੇ ਵੀ ਜਾਣਾ ਹੈ। ਤਾਂ ਜਿੱਥੇ ਇਹ ਪਰਿਵਾਰਕ ਮੈਂਬਰ ਸਾਰੇ ਪਹੁੰਚੇ ਨੇ, ਉੱਥੇ ਰਿਸ਼ਤੇਦਾਰੀ ਪ੍ਰਤੀ ਭਾਈਚਾਰਾ ਔਰ ਸ਼ਾਹਪੁਰ ਰੋਡ ਤੋਂ ਸਾਰੇ ਦੁਕਾਨਦਾਰ ਤਕਰੀਬਨ ਉੱਪਰ ਗਰੀਬਪੁਰਾ ਬਾਜ਼ਾਰ ਤੋਂ ਬਹੁਤ ਸਾਰੇ ਸੱਜਣ ਉਹ ਵੀ ਪਹੁੰਚੇ ਨੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ। ਇਸ ਪਾਵਨ ਸਥਾਨ ਦੇ ਗੁਰਗਰ ਦੇ ਵਰਗ ਕਮੇਟੀ ਦੇ ਮੈਂਬਰ ਸਰਦਾਰ ਦਰਸ਼ਨ ਸਿੰਘ ਜੀ, ਸਰਦਾਰ ਗੁਰਦੀਪ ਸਿੰਘ ਜੀ, ਮੀਤ ਪ੍ਰਧਾਨ ਸਰਦਾਰ ਸੰਤੋਖ ਸਿੰਘ ਜੀ ਖਾਣਾ, ਸਾਰੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਪਹੁੰਚੇ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਪਾਵਨ ਸਥਾਨ ਦੀ ਮਰਿਆਦਾ ਹੈ ਕਿ ਜੋ ਪ੍ਰਾਣੀ ਚਲੇ ਜਾਂਦਾ ਹੈ ਉਸ ਘਰ ਦੇ ਬੇਟੇ ਨੂੰ ਗੁਰੂ ਘਰ ਵੱਲੋਂ ਸਿਖਾਓ, ਅਸੀਸ ਬਖਸ਼ਿਸ਼ ਕੀਤੀ ਜਾਂਦੀ ਹੈ। ਮੈਂ ਬੇਨਤੀ ਕਰਾਂਗਾ ਸਰਦਾਰ ਰਵਿੰਦਰ ਸਿੰਘ ਜੀ ਉਹਨਾਂ ਨੂੰ ਗੁਰੂ ਮਹਾਰਾਜ ਦੇ ਵਿੱਚ ਮੱਥਾ ਟੇਕ ਕੇ, ਜੋ ਦਸਤਾਰ ਹੈ ਉਹ ਬੇਨਤੀ ਕਰਾਂਗਾ ਸਰਦਾਰ ਸੰਤੋਖ ਸਿੰਘ ਜੀ ਖਾਣਾ ਇਸ ਪਾਵਨ ਸਥਾਨ 'ਤੇ ਪ੍ਰਧਾਨ ਉਹਨਾਂ ਨੂੰ ਬੇਨਤੀ ਹੈ ਕਿ ਸਰਪਾਉ ਦੀ ਸੇਵਾ ਕਰਵਾਉਣਗੇ ਜੀ। ਨਗਰ ਛੱਕਿਆ ਛੱਕ ਗੱਲ ਦੀ ਕਿਰਪਾ ਤਾਂ ਕਰਨੀ ਜੀ। ਬੋਲੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤ